ਜਥੇਬੰਦੀ ਦੀ ਜੁਗਤ। ਇੱਕ ਵਾਰ ਪੰਥ ਦੇ ਉੱਗੇ ਲੀਡਰ ਸੰਤ ਅਤਰ ਸਿੰਘ ਜੀ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ, ਧੜੇਬੰਦੀ ਨੇ ਪੰਥ ਦੀ ਜਿੱਤ 'ਤੇ ਪਾਣੀ ਫੇਰ ਦਿੱਤਾ ਹੈ, ਕੋਈ ਉਪਾਅ ਦੱਸੋ ਕਿ ਸਾਰਾ ਪੰਥ ਇਕੱਠਾ ਹੋ ਜਾਵੇ। ਪੰਥ ਨੂੰ ਧੜੇਬੰਦੀ ਤੋਂ ਮੁਕਤ ਕਰਾਉਣ ਲਈ ਸੰਤ ਜੀ ਨੇ ਫਰਮਾਇਆ, ਜੇ ਪਹਿਲਾਂ ਸਾਰੀ ਜਥੇਬੰਦੀ ਨਾਮ ਬਾਣੀ ਸਿਮਰਨ ਦੇ ਆਸਰੇ ਪੱਕੀ ਹੁੰਦੀ ਤਾਂ ਕੋਈ ਤਾਕਤ ਇਹਨਾਂ ਨੂੰ ਪਾੜ ਕੇ ਕਾਰਜਾਂ ਵਿੱਚ ਵਿਘਨ ਨਹੀਂ ਸੀ ਪਾ ਸਕਦੀ। ਸਾਰੇ ਧੜਿਆਂ ਦੇ ਮੁਖੀ ਸੱਜਣ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਕੇ ਕੀਰਤਨ ਕਰਿਆ ਕਰਨ, ਗੁਰ ਸ਼ਬਦ ਮੇਲ ਕਰਵਾ ਦੇਵੇਗਾ। ਇਹ ਸੁਣ ਕੇ ਉਹਨਾਂ ਨੇ ਸੰਤਾਂ ਨੂੰ ਕਿਹਾ ਕਿ ਇਹ ਬੜਾ ਕਠਿਨ ਕੰਮ ਹੈ, ਕੋਈ ਅਮਲੀ ਉਪਾਅ ਦੱਸੋ। ਸੰਤਾਂ ਨੇ ਬੜੇ ਜਲਾਲ ਚਾ ਕੇ ਕਿਹਾ, ਖਾਲਸਾ ਜੀ, ਦੁੱਧ ਵੀ ਤੁਹਾਡਾ, ਖੰਡ ਵੀ ਤੁਹਾਡੀ, ਅਸੀਂ ਤਾਂ ਉਂਗਲ ਫੇਰ ਨਹੀਂ ਜਾਣਦੇ ਹਾਂ। ਗੁਰਮਤ ਜੁਗਤ ਇਹ ਹੈ ਕਿ ਜਦੋਂ ਤੁਸੀਂ ਸਾਰੇ ਰਲ ਕੇ ਬਗੈਰ ਲਿਹਾਜ ਦੇ ਬਾਣੀ ਵਿੱਚ ਢਲੇ ਹੋਏ ਪੰਜ ਗੁਰਸਿੱਖ ਪਿਆਰੇ ਅਤੇ ਇੱਕ ਗੁਰਮੁਖ ਸਾਖੀ ਭਾਵ ਕਿ ਗ੍ਰੰਥੀ ਸਿੰਘ ਚੁਣ ਲਵੋਗੇ ਅਤੇ ਇਹਨਾਂ ਦੇ ਹੁਕਮ ਵਿੱਚ ਜਿਸ ਕੰਮ ਨੂੰ ਗੁਰੂ ਕੀ ਤਾਬੇ ਗੁਰਮਤਾ ਕਰਕੇ ਹੱਥ ਪਾਓਗੇ, ਫਤਿਹ ਹੋਵੇਗਾ। ਪਰ ਇਹ ਨਾ ਹੋਵੇ, ਅੱਜ ਕੋਠੇ ਚਾੜ ਦਿੱਤਾ ਅਤੇ ਕੱਲ੍ਹ ਪੌੜੀ ਖਿੱਚ ਲਈ। ਜਦ ਤੱਕ ਇਹ ਪ੍ਰੇਮੀ ਜਿਉਂਦੇ ਰਹਿਣ ਅਤੇ ਰਹਿਤ ਮਰਿਆਦਾ ਵਿੱਚ ਪੱਕੇ ਰਹਿਣ, ਤਦ ਤੱਕ ਪੰਥ ਇਹਨਾਂ ਦੀ ਆਗਿਆ ਵਿੱਚ ਰਹੇ। ਸੰਤਾਂ ਦੇ ਇਹ ਸ਼ੁਭ ਬਚਨ ਅਜੇ ਤੀਕਰ ਜਮ੍ਹਾਂ ਹਨ। ਗਿਰ ਬਸੂਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ।